ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਸਰਹੱਦੀ ਖੇਤਰ ਵਿੱਚ ਭਿੱਖੀਵਿੰਡ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਵਧੀਆਂ। ਅੱਜ ਹਥਿਆਰਬੰਦ ਲੁਟੇਰਿਆਂ ਵੱਲੋਂ 3 ਅਧਿਆਪਕਾਂ ਦੀ ਕੀਤੀ ਗਈ ਲੁੱਟ। ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਲੁਟੇਰਿਆਂ ਦੇ ਹੌਸਲੇ ਬੁਲੰਦ। ਸਬ ਡਿਵੀਜ਼ਨ ਭਿੱਖੀਵਿੰਡ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾ ਰਹੇ ਹਨ। ਅੱਜ ਵਾਪਰੀ ਘਟਨਾ ਵਿੱਚ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ ਇੱਥੇ ਵੱਖ ਵੱਖ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਟੀਚਰਾਂ ਨੂੰ ਜੋ ਸਰਹੱਦੀ ਪਿੰਡ ਡੱਲ ਤੋਂ ਪੜ੍ਹਾ ਕੇ ਭਿੱਖੀਵਿੰਡ ਆ ਰਹੇ ਸਨ ਕਿ ਭਿੱਖੀਵਿੰਡ ਦੇ ਨਜ਼ਦੀਕ ਪੈਂਦੇ ਭੱਠੇ ਕੋਲ ਉਹਨਾਂ ਨੂੰ 3 ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਰੋਕ ਲਿਆ ਅਤੇ ਹਥਿਆਰਾਂ ਦੀ ਨੋਕ 'ਤੇ ਉਹਨਾਂ ਦੇ ਪਰਸ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਅਧਿਆਪਕਾਂ ਵੱਲੋਂ ਸਮਾਨ ਦੇਣ ਤੋਂ ਇਨਕਾਰ ਕਰਨ 'ਤੇ 1 ਅਧਿਆਪਕ ਉੱਪਰ ਲੁਟੇਰਿਆਂ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਵੀ ਕਰ ਦਿੱਤਾ ਗਿਆ, ਜਿਸ ਦਾ ਇਲਾਜ ਭਿੱਖੀਵਿੰਡ ਤੋਂ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਸਮੂਹ ਅਧਿਆਪਕਾਂ ਵੱਲੋਂ ਇਕੱਠੇ ਹੋ ਕੇ ਭਿੱਖੀਵਿੰਡ ਚੌਂਕ ਵਿੱਚ ਧਰਨਾ ਮਾਰਿਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਅੱਜ ਲੁੱਟ ਦਾ ਸ਼ਿਕਾਰ ਹੋਏ ਅਧਿਆਪਕਾਂ ਵਿੱਚ ਪਰਮਾਨੰਦ, ਰਾਮ ਸਰੂਪ ਅਤੇ ਸਤਵੀਰ ਕੁਮਾਰ ਦੇ ਅਧਿਆਪਕ ਸ਼ਾਮਲ ਹਨ, ਜਦਕਿ ਕੁਝ ਦਿਨ ਪਹਿਲਾਂ ਹੀ 1 ਮਹਿਲਾ ਕੋਲੋਂ ਲੁਟੇਰੇ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਏ ਹਨ। ਅੱਜ ਅਧਿਆਪਕਾਂ ਦੇ ਧਰਨਾ ਦਿੱਤੇ ਜਾਣ 'ਤੇ ਪੁਲਿਸ ਦੇ 1 ਘੰਟੇ ਬਾਅਦ ਅਧਿਆਪਕਾਂ ਦੀ ਗੱਲ ਸੁਣਨ ਲਈ ਪੁੱਜੀ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਪੁਲਿਸ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਕਿੰਨੀ ਸੰਜੀਦਾ ਹੈ। ਮੇਰਾ ਨਾਮ ਪਰਮਾਨੰਦ ਹੈ ਜੀ, ਮੈਂ ਸਰਕਾਰੀ ਹਾਈ ਸਕੂਲ ਡੱਲ ਵਿਖੇ ਐਜ਼ ਏ ਹਿੰਦੀ ਅਧਿਆਪਕ ਸੇਵਾ ਨਿਭਾ ਰਿਹਾ ਜੀ। ਕੀ ਵਾਰਦਾਤ ਹੋਈ ਹੈ ਜੀ? ਉੱਥੇ ਜਿਵੇਂ ਵੀ ਰੂਟੀਨ ਵਾਈਜ਼ ਸਕੂਲ ਤੋਂ ਅਸੀਂ ਛੁੱਟੀ ਕਰਕੇ ਲਗਭਗ 2:05 ਸਕੂਲ ਤੋਂ ਚੱਲਿਆ। ਉਸ ਤੋਂ ਬਾਅਦ ਜਦੋਂ ਅਸੀਂ ਮਾੜੀ ਮੇਘਾ ਕਰੋਸ ਕਰਕੇ ਇੱਥੇ ਇੱਕ ਭੱਠਾ ਵੱਜਦਾ, ਜੋਧਪੁਰੀਆਂ ਦਾ ਭੱਠਾ, 2 ਮਿੰਟ ਜੋਧਪੁਰੀਆਂ ਦਾ ਭੱਠਾ, ਉਹਦੇ ਲਾਗੇ ਅਸੀਂ ਜਦੋਂ ਪਹੁੰਚੇ ਤਾਂ ਕੁਝ ਵਿਅਕਤੀਆਂ ਨੇ ਸਾਡੇ 'ਤੇ ਹਮਲਾ ਕੀਤਾ ਹਥਿਆਰਾਂ ਨਾਲ। ਉਹਨਾਂ ਕੋਲ 2-3 ਦਹਾਕੀਆਂ ਅਤੇ ਕਿਰਚਾਂ ਅਤੇ 3 ਕੋਲ ਪਿਸਟਲ ਸੀਗੇ ਅਤੇ ਸਾਡਾ ਇੱਕ ਸਾਥੀ ਉੱਥੇ ਮੌਕੇ 'ਤੇ ਉਹਨਾਂ ਨੇ ਉਹਦੇ ਲੱਤ 'ਤੇ ਵਾਹਵਾ ਸੱਟਾਂ ਮਾਰੀਆਂ, ਉਹਦੇ 7-8 ਟਾਂਕੇ ਵੀ ਆਏ ਆ। ਅਸੀਂ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਪਿਸਟਲ ਨਾਲ ਉਹਨਾਂ ਨੇ ਰੋਕ ਲਿਆ ਅਤੇ ਸਾਡੇ ਕੋਲ ਪਰਸ ਅਤੇ ਫੋਨ ਵਗੈਰਾ ਖੋਹ ਕੇ ਉਹ ਲੈ ਗਏ। ਅਤੇ ਉਹਦੇ ਤੋਂ ਬਾਅਦ ਤੁਸੀਂ ਥਾਣੇ ਕੋਈ ਦਰਖਾਸਤ ਦਿੱਤੀ ਹੈ? ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਕੀਤਾ ਅਤੇ ਇਹਨਾਂ ਨੇ ਆਪਣੇ ਵੱਲੋਂ ਕਾਰਵਾਈ ਕੀਤੀ। ਉੱਥੇ ਗਏ ਅਤੇ CCTV ਕੈਮਰੇ 'ਤੇ ਉਹਨਾਂ ਨੇ ਫੁਟੇਜ ਵਗੈਰਾ ਵੇਖੀ ਭੱਠੇ 'ਤੇ ਜੋ CCTV ਕੈਮਰਾ ਲੱਗਿਆ ਸੀ, ਅਤੇ ਉਸ 'ਤੇ ਜਿਹੜਾ CCTV ਸੀ ਉਹ ਥੋੜ੍ਹਾ ਦੂਰ ਹੋਣ ਕਰਕੇ ਉਹਦੀ ਪਿਕਚਰ ਪੂਰੀ ਕਲੀਅਰ ਨਹੀਂ ਆਈ।
ਬੰਦਿਆਂ ਦੀ ਫੋਟੋ ਜ਼ਰੂਰ ਉਹਦੇ ਵਿੱਚ ਆਈ ਹੈ ਪਰ ਕਲੀਅਰ ਉਹ ਪਛਾਣੇ ਨਹੀਂ ਜਾ ਰਹੇ ਵੀ ਕੌਣ ਹੈ ਜੀ। ਹੁਣ ਪ੍ਰਸ਼ਾਸਨ ਨੇ ਕੀ ਤੁਹਾਨੂੰ ਭਰੋਸਾ ਦਵਾਇਆ? ਪ੍ਰਸ਼ਾਸਨ ਨੇ ਭਰੋਸਾ ਦਵਾਇਆ ਵੀ ਇੱਕ ਤਾਂ ਇਹਦੇ ਬਣਦੀ ਕਾਰਵਾਈ ਅਸੀਂ ਕਰਾਂਗੇ ਅਤੇ ਅੱਗੇ ਤੋਂ ਜਿਵੇਂ ਵੀ ਛੁੱਟੀ ਟਾਈਮ ਸਾਡੀ ਸਿਕਿਉਰਟੀ ਦਾ ਉਹਨਾਂ ਨੇ ਭਰੋਸਾ ਦਵਾਇਆ ਵੀ ਸਾਡੇ ਵੱਲੋਂ ਇੱਕ ਪੈਟਰੋਲਿੰਗ ਪਾਰਟੀ ਹੈ ਸਵੇਰੇ ਸਕੂਲ ਟਾਈਮ ਅਤੇ ਸ਼ਾਮ ਨੂੰ ਛੁੱਟੀ ਵਾਲੇ ਸਕੂਲ ਟਾਈਮ ਇਹ ਪੈਟਰੋਲਿੰਗ ਪਾਰਟੀ ਅਸੀਂ ਭੇਜਿਆ ਕਰਾਂਗੇ ਅਤੇ ਅਸੀਂ ਸਿੱਖਿਆ ਵਿਭਾਗ ਤੋਂ ਵੀ ਇਹ ਮੰਗ ਚਾਹੁੰਦੇ ਹਾਂ ਵੀ ਜਾਂ ਤਾਂ ਸਾਨੂੰ ਆਪਣੇ ਹਲਕੇ ਅਤੇ ਆਪਣੇ ਮਤਲਬ ਜ਼ਿਲ੍ਹੇ ਦੇ ਵਿੱਚ ਭੇਜੇ ਅਤੇ ਜਾਂ ਤਾਂ ਸਾਨੂੰ ਇੱਥੇ ਰੱਖਿਆ ਵਾ ਅਤੇ ਸਾਡੀ ਸੁਰੱਖਿਆ ਦਾ ਕੋਈ ਪ੍ਰਬੰਧ ਕਰੇ। ਠੀਕ ਹੈ। ਹਾਂਜੀ, ਮੇਰਾ ਨਾਮ ਰਜਨੀਵਾਲ ਹੈ। ਮੈਂ ਮਾੜੀ ਮੇਗਾ ਸਕੂਲ ਦੇ ਵਿੱਚ ਸਾਇੰਸ ਟੀਚਰ ਦੇ ਤੌਰ 'ਤੇ ਸੇਵਾ ਨਿਭਾ ਰਹੀ ਹਾਂ ਅਤੇ ਮੇਰੀ ਇਹ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਆਪਣੇ ਬੱਚੇ ਆਪਣਾ ਪਰਿਵਾਰ ਛੱਡ ਕੇ ਇੰਨੀ ਦੂਰ ਇੱਥੇ ਤਰਨ ਤਾਰਨ ਜ਼ਿਲ੍ਹੇ ਦੇ ਬੱਚਿਆਂ ਨੂੰ ਪੜ੍ਹਾਉਣ ਆਏ ਹਾਂ ਪਰ ਸਾਡੇ ਵਾਸਤੇ ਤਰਨ ਤਾਰਨ ਜ਼ਿਲ੍ਹਾ ਕੀ ਕਰ ਰਿਹਾ? ਸਾਡੀ ਇੱਥੇ ਕੋਈ ਪ੍ਰੋਟੈਕਸ਼ਨ ਨਹੀਂ ਹੈ, ਅਸੀਂ ਸਕੂਲਾਂ ਨੂੰ ਜਾਣਾ ਹੁੰਦਾ, ਸਾਡੇ ਵਾਸਤੇ ਆਉਣ ਜਾਣ ਦਾ ਕੋਈ ਸਾਧਨ ਨਹੀਂ। ਸਵੇਰੇ ਸਾਨੂੰ ਨਾ ਕੋਈ ਆਟੋ ਮਿਲਦਾ ਨਾ ਕੋਈ ਬੱਸ ਮਿਲਦੀ ਹੈ। ਜੇ ਮਜਬੂਰੀ ਵਿੱਚ ਅਸੀਂ ਆਪਣੇ ਵਹੀਕਲ ਰੱਖੇ ਹੈ ਤਾਂ ਉਹਨਾਂ ਉੱਤੇ ਵੀ ਲੁੱਟ ਖਸੋ ਹੁੰਦੀ ਹੈ ਔਰ ਸਾਡੇ ਪਰਸ ਮੋਬਾਈਲ ਪੈਸੇ ਖੋਏ ਜਾਂਦੇ ਹੈ ਔਰ ਉੱਪਰੋਂ ਸੱਟ ਵੀ ਮਾਰੀ ਜਾਂਦੀ ਹੈ ਅਤੇ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਪ੍ਰੋਟੈਕਟ ਕਰਾਂਗੇ ਅੱਗੇ ਜਾ ਕੇ? ਇਹ ਤਰਨ ਤਾਰਨ ਜ਼ਿਲ੍ਹੇ ਕੋਲੋਂ ਸਾਡੀ ਮੰਗ ਹੈ ਕਿ ਇਹ ਸਾਨੂੰ ਕੀ ਪ੍ਰੋਵਾਈਡ ਕਰਵਾ ਰਹੇ ਹੈ। ਮੈਡਮ, ਤੁਸੀਂ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰ ਰਹੇ ਹੋ? ਜਿਹੜਾ ਅੱਜ ਚਾਹੁੰਦੇ ਹਾਂ ਕਿ ਅਗਰ ਹੋ ਸਕਦਾ ਤਾਂ ਸਾਡੇ ਆਉਣ ਜਾਣ ਦਾ ਜਿਹੜਾ ਸਾਧਨ ਹੈ ਉਹ ਸਾਨੂੰ ਮੁਹੱਈਆ ਕਰਵਾਇਆ ਜਾਏ ਤਾਂ ਅਸੀਂ ਆਰਾਮ ਨਾਲ ਆਪਣੇ ਆਪਣੇ ਸਕੂਲਾਂ ਦੇ ਵਿੱਚ ਪਹੁੰਚ ਸਕੀਏ। ਜੇ ਨਹੀਂ ਕਰ ਸਕਦੇ ਤਾਂ ਸਾਨੂੰ ਸਵੇਰੇ ਔਰ ਸ਼ਾਮ ਨੂੰ, ਸਵੇਰੇ ਜਾਣ ਵੇਲੇ ਔਰ ਸ਼ਾਮ ਨੂੰ ਛੁੱਟੀ ਵੇਲੇ ਸਾਨੂੰ ਪੂਰੀ ਪ੍ਰੋਟੈਕਸ਼ਨ ਦਿੱਤੀ ਜਾਵੇ। ਮੇਰਾ ਨਾਮ ਸਤਵੀਰ ਸਿੰਘ ਹੈ ਜੀ। ਮੈਂ ਈਟੀਟੀ ਟੀਚਰ ਹਾਂ, ਸਰਕਾਰੀ ਪ੍ਰਾਇਮਰੀ ਸਕੂਲ ਡਿਲੀਵਰੀ 'ਚ ਲੱਗਿਆ ਹੋਇਆ ਜੀ। ਅਤੇ ਅੱਜ ਜਦੋਂ ਅਸੀਂ ਛੁੱਟੀ ਕਰਕੇ ਲਗਭਗ 2:15 18-20 ਮਿੰਟ 'ਤੇ ਅਸੀਂ ਮਾੜੀ ਮੇਗੇ ਤੋਂ ਜਦੋਂ ਇੱਧਰ ਨੂੰ ਆ ਰਹੇ ਸੀ ਅਤੇ ਆਹ ਜਿਹੜਾ ਭੱਠਾ ਹੈਗਾ ਮਤਲਬ ਮਾੜੀ ਮੇਗੇ ਤੋਂ ਜਿਹੜਾ ਮੋੜ ਮੁੜਦਾ ਉਸ ਤੋਂ ਅੱਗੇ ਜਿਹੜਾ ਭੱਠਾ ਉਸ ਤੋਂ ਥੋੜ੍ਹਾ ਜਿਹਾ ਅੱਗੇ ਸਾਡੇ ਨਾਲ ਦੁਰਘਟਨਾ ਹੋਈ। ਮਤਲਬ 9 ਬੰਦੇ ਸੀਗੇ, ਉਹਨਾਂ ਨੇ ਸਾਨੂੰ ਮੋਟਰਸਾਈਕਲ ਰੋਕਿਆ ਅਤੇ ਸਾਨੂੰ ਕੁਛ ਖਾਓ ਦੇਖਿਆ ਨਾ ਬਾਬਾ ਸਾਨੂੰ ਕੁੱਟਣ ਲੱਗੇ। ਕੀ ਹਥਿਆਰ ਸੀਗੇ ਉਹਨਾਂ ਕੋਲ? ਉਹਨਾਂ ਕੋਲ ਹਾਕੀ ਸੀਗੇ ਜੀ, ਉਹਨਾਂ ਕੋਲ ਉਹ ਸੀਗੇ ਕੀ ਕਹਿੰਦੇ ਆ ਲੋਹੇ ਦਾ ਹਥਿਆਰ ਸੀਗਾ ਜਿਹਨੂੰ ਆਪਾਂ ਕਾਪਾ ਕਹਿ ਦਿੰਦੇ ਹਾਂ, ਉਹ ਸੀਗਾ ਜੀ। 3 ਪਿਸਟਲ ਸੀਗੇ ਜੀ। ਅਸੀਂ ਇਹੀ ਚਾਹੁੰਦੇ ਹਾਂ ਜੀ, ਅਸੀਂ ਪ੍ਰਦੇਸੀ ਬੰਦੇ ਹਾਂ ਅਤੇ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ। ਦੇਖੋ, ਜਿਹਨਾਂ ਨੇ ਮੇਰੇ ਹੁਣ ਦਰਖਾਸਤ ਪੇਸ਼ ਕੀਤੀ ਆ ਅਤੇ ਇਹਨਾਂ ਨੂੰ ਦਰਖਾਸਤ ਇਹਨਾਂ ਦੇ ਕਾਰਡ ਵੀ ਮੈਂ ਲਿਖਣ ਲੱਗਾ ਹੋਣਾ ਅਤੇ ਉਸ ਤੋਂ ਬਾਅਦ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਅਸੀਂ ਜਲਦੀ ਉਹਦੀ ਟ੍ਰੇਸ ਕਰਕੇ ਅਤੇ ਉਹਨਾਂ ਕੋਲ ਜਿਹੜੀ ਇਹਨਾਂ ਨੇ ਖੋਹ ਕੀਤੀ ਬਰਾਮਦਗੀ ਕਰਾਂਗਾ ਉਹਨਾਂ ਕੋਲੋਂ। ਅਤੇ ਕੀ ਕਾਰਨ ਕੀ ਆ ਸਰ, ਜਿਹੜੀ ਇਹ ਜਿਹੜੀ ਲੁੱਟ ਖੋਹ ਜਿਹੜੀ ਆਏ ਦਿਨ ਹੋ ਰਹੀ ਹੈ ਇਹਦਾ ਕਾਰਨ ਕੀ ਹੈ? ਕੀ ਪੁਲਿਸ ਵੱਲੋਂ ਜਿਹੜੀ ਪੈਟਰੋਲਿੰਗ ਆ ਉਹ ਨਹੀਂ ਕੀਤੀ ਜਾਂਦੀ ਜਾਂ ਕੀ ਕਾਰਨ ਗਿਣਿਆ ਜਾਂਦਾ? ਬਿਲਕੁਲ, ਸਾਡੇ 24 ਘੰਟੇ ਦਾ ਇੱਥੇ ਨਾਕਾ ਲੱਗਾ ਹੋਇਆ ਚੌਂਕ ਦੇ ਵਿੱਚ। ਇੱਕ ਦਿਨੇ ਪੈਟਰੋਲਿੰਗ ਸਾਡੀ PCR ਚੱਲਦੀ ਹੈ, ਇੱਕ ਰਾਤ ਨੂੰ ਚੱਲਦੀ ਆ, ਬਾਕੀ SHO ਸਾਹਿਬ ਸਾਹਿਬ ਆ ਨਾ ਜਾਂ ਅਸੀਂ ਡੇਲੀ ਗਸ਼ਤੇ ਰਹਿੰਦੇ ਬਾਹਰ, ਡੇਲੀ ਪੈਟਰੋਲਿੰਗ ਕਰੀਦੀ ਆ। ਸਾਰਾ ਇਹ ਵਾਕੀ ਦਾ ਇਲਾਕਾ ਪਰ ਇਹ ਪਰਲੇ ਇਲਾਕੇ ਤੋਂ ਪਰੇ ਬਾਰਡਰ ਏਰੀਏ ਦੇ ਚੋਂ ਇਹ ਬੰਦੇ ਇਹਨਾਂ ਦੇ ਮਗਰ ਲੱਗੇ ਕਦੇ ਇਹਨਾਂ ਆ ਕੇ ਇੱਥੇ ਜਾਣ ਦਿੱਤਾ ਵਾਰਦਾਤ ਨੂੰ। ਹੁਣ ਇੱਕ ਅਧਿਆਪਕ ਸਭਾਨਾ ਦੀ ਮੰਗ ਹੈ ਵੀ ਜਿਹੜਾ ਸਾਨੂੰ ਛੁੱਟੀ ਟਾਈਮ 'ਤੇ ਪ੍ਰੋਟੈਕਸ਼ਨ ਜਿਹੜੀ ਆ ਉਹ ਦਿੱਤੀ ਜਾਵੇ, ਉਹ ਕੀ ਜਿਹੜੀ ਆ ਪ੍ਰਸ਼ਾਸਨ ਵੱਲੋਂ ਦਿੱਤੀ ਜਾਏਗੀ ਪ੍ਰੋਟੈਕਸ਼ਨ? ਬਿਲਕੁਲ ਬਿਲਕੁਲ ਜੀ, ਬਿਲਕੁਲ ਇਹਨਾਂ ਦੇ ਜਿਹੜੇ ਜਿਸ ਟਾਈਮ 'ਤੇ ਇਹਨਾਂ ਨੂੰ ਸਕੂਲੋਂ ਛੁੱਟੀ ਹੁੰਦੀ ਜਾਂ ਜਿਸ ਟਾਈਮ 'ਤੇ ਜਾਂਦੇ ਸਕੂਲੇ ਉਸ ਟਾਈਮ 'ਤੇ ਅਸੀਂ ਸਾਡੀ ਪੈਟਰੋਲਿੰਗ ਜਿਹੜੀ ਹੈਗੀ PCR ਸਾਡਾ ਲੱਗਾ ਵਾ, ਅਸੀਂ PCR ਨੂੰ ਉੱਧਰ ਭੇਜਾਂਗੇ ਉਸ ਏਰੀਏ ਦੇ ਵਿੱਚ, ਬਿਲਕੁਲ ਗਸ਼ਤ ਕਰਨਗੇ ਸਾਡੀ PCR। ਠੀਕ ਹੈ ਜੀ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।